ਖੁਸ਼ੀ ਦੀ ਭਾਲ ਪਾਠ ਦਾ ਉਦੇਸ਼। ਇਸ ਪਾਠ ਦਾ ਉਦੇਸ਼ ਹੈ ਕਿ ਖੁਸ਼ੀ ਦੀ ਭਾਲ ਨਹੀਂ ਕੀਤੀ ਜਾ ਸਕਦੀ, ਸਗੋਂ ਖੁਸ਼ੀ ਦੇ ਪਲ ਤੁਹਾਡੇ ਅੰਦਰ ਹਨ, ਉਹਨਾਂ ਨੂੰ ਮਹਿਸੂਸ ਕਰੋ। ਇੱਕ ਸੀ ਰਾਜਾ, ਬੜਾ ਵੱਡਾ ਰਾਜ ਸੀ ਉਸਦਾ, ਦੂਰ ਦੂਰ ਤੱਕ ਫੈਲਿਆ ਹੋਇਆ, ਜੋ ਉਸਨੇ ਕਈ ਲੜਾਈਆਂ ਲੜ ਕੇ ਸਥਾਪਿਤ ਕੀਤਾ ਸੀ। ਉਸਨੇ ਆਪਣੇ ਪ੍ਰਜਾ ਨੂੰ ਵੀ ਹਰ ਸੁਖ ਸਹੂਲਤ ਦੇਣ ਦੀ ਕੋਸ਼ਿਸ਼ ਕੀਤੀ ਅਤੇ ਉਹ ਆਪਣੀ ਪ੍ਰਜਾ ਦਾ ਵੀ ਪੂਰਾ ਖਿਆਲ ਰੱਖਦਾ ਸੀ। ਪ੍ਰਜਾ ਵੀ ਉਸਦੀ ਜੈ ਜੈਕਾਰ ਕਰਦੀ। ਸਭ ਲੋਕ ਆਪਣੇ ਰਾਜੇ ਨੂੰ ਬੜਾ ਪਿਆਰ ਕਰਦੇ ਸਨ। ਉਸ ਕੋਲ ਕਿਸੇ ਵੀ ਚੀਜ਼ ਦੀ ਕਮੀ ਨਹੀਂ ਸੀ। ਉਸਦੇ ਖਜ਼ਾਨੇ ਹੀਰੇ ਜਵਾਹਰਾਤ ਨਾਲ ਭਰੇ ਹੋਏ। ਮੰਤਰੀ ਸੰਤਰੀ ਤੇ ਅਹਿਲਕਾਰ ਹਰ ਵੇਲੇ ਉਸਦੀ ਜੀ ਹਜ਼ੂਰੀ ਵਿਚ ਖੜੇ ਰਹਿੰਦੇ। ਨੌਕਰਾਂ ਚਾਕਰਾਂ ਦੀ ਵੀ ਉਸ ਕੋਲ ਕੋਈ ਕਮੀ ਨਹੀਂ ਸੀ। ਉਸ ਕੋਲ ਘੋੜੇ ਸਨ, ਫੌਜਾਂ ਸਨ, ਮਹਿਲ ਮਾੜੀਆਂ ਸਨ, ਐਸ਼ ਆਰਾਮ ਦਾ ਸਭ ਸਾਮਾਨ ਸੀ ਉਸ ਕੋਲ। ਅੱਜ ਦੇ ਜੀਵਨ ਸਾਰੇ ਸੁਖ ਸਨ ਉਸ ਕੋਲ। ਪਰ ਇੱਕ ਵਾਰੀ ਉਹ ਬਿਮਾਰ ਪੈ ਗਿਆ, ਬਹੁਤ ਉਦਾਸ ਰਹਿਣ ਲੱਗਾ। ਉਸਨੇ ਰਾਜ ਭਾਗ ਦੇ ਕੰਮਾਂ ਵਿਚ ਵੀ ਦਿਲਚਸਪੀ ਲੈਣੀ ਛੱਡ ਦਿੱਤੀ। ਉਹ ਪਲੰਗ ਤੋਂ ਹੀ ਨਾ ਉੱਠੇ, ਨਾ ਹੀ ਕੋਈ ਸਭਾ ਆਦਿ ਕਰੇ। ਉਸਦੀ ਰਾਣੀ, ਪਰਿਵਾਰ, ਸੰਤਰੀ ਮੰਤਰੀ ਸਾਰੇ ਸੋਚਾਂ ਵਿਚ ਪੈ ਗਏ ਕਿ ਅਚਾਨਕ ਰਾਜੇ ਨੂੰ ਕੀ ਹੋ ਗਿਆ। ਦੂਰੋਂ ਦੂਰੋਂ ਡਾਕਟਰ, ਹਕੀਮ, ਵੈਦ ਬੁਲਾਏ ਗਏ। ਹਰ ਇੱਕ ਨੇ ਆਪਣੀ ਆਪਣੀ ਸਮਝ ਮੁਤਾਬਕ ਦਵਾ ਦਾਰੂ ਕੀਤੀ, ਪਰ ਰਾਜੇ ਦੀ ਬਿਮਾਰੀ ਨੂੰ ਕੋਈ ਫਰਕ ਨਾ ਪਿਆ। ਅਖੀਰ ਕਿਸੇ ਨੇ ਇੱਕ ਬਹੁਤ ਪੁਰਾਣੇ ਤਜਰਬੇਕਾਰ ਵੈਦ ਦੀ ਦੱਸ ਪਾਈ। ਉਸ ਵੈਦ ਨੂੰ ਬੁਲਾਇਆ ਗਿਆ। ਉਸ ਸਿਆਣੇ ਵੈਦ ਨੇ ਰਾਜੇ ਦੀ ਨਬਜ਼ ਦੇਖ ਕੇ ਕਿਹਾ, ਰਾਜਾ ਠੀਕ ਹੋ ਸਕਦਾ ਜੇਕਰ ਇਸ ਨੂੰ ਕਿਸੇ ਸੁਖੀ ਅਤੇ ਖੁਸ਼ ਮਿਜਾਜ ਬੰਦੇ ਦੀ ਕਮੀਜ਼ ਪਾਈ ਜਾਵੇ। ਫੇਰ ਕੀ ਸੀ, ਰਾਜੇ ਦੇ ਸਿਪਾਹੀ ਅਹਿਲਕਾਰ ਉਸ ਬੰਦੇ ਦੀ ਭਾਲ ਵਿਚ ਨਿਕਲ ਪਏ। ਸਾਰੇ ਰਾਜ ਵਿਚ ਟਿੰਡੋਰਾ ਪਿਟਵਾ ਦਿੱਤਾ ਗਿਆ ਕਿ ਜੇ ਕੋਈ ਸੁਖੀ ਆਦਮੀ ਨੂੰ ਲੈ ਕੇ ਰਾਜੇ ਕੋਲ ਆਏਗਾ, ਉਸ ਨੂੰ ਰਾਜ ਮਹਿਲ ਵਿਚ ਢੇਰ ਸਾਰੇ ਇਨਾਮ ਦਿੱਤੇ ਜਾਣਗੇ। ਕਹਿਣ ਦੀ ਦੇਰ ਸੀ ਕਿ ਸਾਰੇ ਲੋਕ ਹੀ ਕਿਸੇ ਸੁਖੀ ਤੇ ਖੁਸ਼ ਬੰਦੇ ਦੀ ਭਾਲ ਵਿਚ ਲੱਗ ਗਏ। ਉਧਰ ਰਾਜੇ ਦੇ ਸਿਪਾਹੀ ਵੀ ਸ਼ਹਿਰ ਸ਼ਹਿਰ, ਪਿੰਡ ਪਿੰਡ, ਗਲੀ ਮੁਹੱਲੇ ਜਾਂਦੇ ਤੇ ਹਰ ਇੱਕ ਨੂੰ ਪੁੱਛਦੇ ਕਿ ਕਿਉਂ ਭਾਈ ਤੂੰ ਸੁਖੀ ਹੈ, ਤਾਂ ਅਗਲਾ ਅੱਗੋਂ ਆਪੋ ਆਪਣੇ ਰੋਣੇ ਰੋਣ ਲੱਗ ਜਾਂਦਾ। ਮੇਰਾ ਤਾਂ ਜੀ ਜਵਾਨ ਪੁੱਤਰ ਪਿਛਲੇ ਸਾਲ ਮਰ ਗਿਆ, ਮੈਂ ਤਾਂ ਡਾਢਾ ਦੁਖੀ ਹਾਂ। ਮੇਰੇ ਘਰ ਤਾਂ ਨੂੰਹ ਸੱਸ ਦਾ ਕਲੇਸ਼ ਹੀ ਨਹੀਂ ਮੁੱਕਦਾ, ਮੈਂ ਤਾਂ ਬੜਾ ਦੁਖੀ ਹਾਂ। ਮੇਰੇ ਤੇ ਬੱਚੇ ਹੀ ਮੇਰੇ ਕਹਿਣੇ ਤੋਂ ਬਾਹਰ ਹੋ ਗਏ, ਮੈਂ ਤਾਂ ਬਹੁਤ ਪਰੇਸ਼ਾਨ ਹਾਂ। ਕੁਝ ਹੀ ਚਿਰ ਹੋਇਆ ਮੇਰਾ ਘਰ ਵਾਲਾ ਰੱਬ ਨੂੰ ਪਿਆਰਾ ਹੋ ਗਿਆ, ਮੇਰੇ ਜਿੰਨਾ ਦੁਖੀ ਹੋਰ ਕੋਈ ਨਹੀਂ। ਇੱਕ ਔਰਤ ਆਖਦੀ, ਮੇਰੇ ਘਰ ਵਾਲੇ ਨੇ ਸ਼ਰਾਬ ਪੀ ਕੇ ਸਾਰੇ ਟੱਬਰ ਨੂੰ ਦੁਖੀ ਕਰ ਛੱਡਿਆ। ਦੂਸਰੀ ਆਖਦੀ, ਸੋ ਰਾਜੇ ਦੇ ਸਿਪਾਹੀ ਸਾਰਾ ਦਿਨ ਖਾਕ ਛਾਣ ਕੇ ਵਾਪਸ ਆ ਜਾਂਦੇ, ਪਰ ਕੋਈ ਇੱਕ ਬੰਦਾ ਵੀ ਇਹ ਨਾ ਆਖਦਾ ਕਿ ਮੈਂ ਸੁਖੀ ਹਾਂ। ਇਸ ਤਰ੍ਹਾਂ ਕਾਫੀ ਦਿਨ ਬੀਤ ਗਏ। ਰਾਜੇ ਦੀ ਖੁਰਾਕ ਵੀ ਘਟਦੀ ਗਈ ਤੇ ਉਹ ਹੋਰ ਕਮਜ਼ੋਰ ਹੋਣ ਲੱਗਾ। ਇੱਕ ਦਿਨ ਰਾਜੇ ਦੇ ਸਿਪਾਹੀ ਘੁੰਮਦੇ ਘੁੰਮਦੇ ਦੂਰ ਇੱਕ ਪਹਾੜੀ ਕੋਲ ਚਲੇ ਗਏ। ਉਹਨਾਂ ਨੂੰ ਬੰਸਰੀ ਦੀ ਸੁਰਲੀ ਆਵਾਜ਼ ਸੁਣਾਈ ਦਿੱਤੀ। ਉਹ ਉਧਰ ਨੂੰ ਤੁਰ ਪਏ। ਹੋਰ ਨੇੜੇ ਗਏ ਤਾਂ ਉੱਥੇ ਇੱਕ ਮੁੰਡਾ ਭੇਡਾਂ ਚਰਾ ਰਿਹਾ ਸੀ ਅਤੇ ਨਾਲ ਹੀ ਬੰਸਰੀ ਵਜਾ ਕੇ ਕੁਦਰਤ ਦੇ ਗੀਤ ਗਾ ਰਿਹਾ ਸੀ। ਉਹ ਉਸ ਪਾਸੇ ਗਏ ਅਤੇ ਕਹਿਣ ਲੱਗੇ, ਬੇਟਾ ਤੂੰ ਖੁਸ਼ ਲੱਗਦਾ ਹੈ। ਹਾਂ ਜੀ ਮੈਂ ਬਹੁਤ ਖੁਸ਼ ਹਾਂ, ਉਸਨੇ ਜਵਾਬ ਦਿੱਤਾ। ਫਿਰ ਤੂੰ ਤਾਂ ਸੱਚਮੁੱਚ ਬਹੁਤ ਸੁਖੀ ਹੋਵੇਂਗਾ। ਉਹ ਇਕੱਠੇ ਹੀ ਬੋਲ ਪਏ, ਹਾਂ ਮੈਂ ਤਾਂ ਬੜਾ ਸੁਖੀ ਹਾਂ, ਮੁੰਡਾ ਬੋਲਿਆ। ਸਿਪਾਹੀ ਸੁਣ ਕੇ ਬਹੁਤ ਖੁਸ਼ ਹੋਏ, ਜਿਵੇਂ ਉਹਨਾਂ ਨੂੰ ਕੋਈ ਖਜ਼ਾਨਾ ਲੱਭ ਪਿਆ ਹੋਵੇ। ਅੱਛਾ ਤੂੰ ਸਾਨੂੰ ਆਪਣੀ ਕਮੀਜ਼ ਦੇ ਦੇ, ਤੈਨੂੰ ਰਾਜੇ ਪਾਸੋਂ ਸਾਰਾ ਇਨਾਮ ਮਿਲੇਗਾ, ਇੱਕ ਸਿਪਾਹੀ ਨੇ ਕਿਹਾ। ਉਹ ਨੰਗ ਤੜੰਗ ਮੁੰਡਾ ਖੂਬ ਹੱਸਿਆ ਤੇ ਕਹਿਣ ਲੱਗਾ, ਮੇਰੇ ਪਾਸ ਤਾਂ ਕੋਈ ਕਮੀਜ਼ ਹੈ ਹੀ ਨਹੀਂ, ਨਾ ਹੀ ਮੈਂ ਕਦੇ ਪਾਈ ਹੈ। ਹੈ ਤੇਰੇ ਕੋਲ ਕੋਈ ਕਮੀਜ਼ ਨਹੀਂ ਤੇ ਤੂੰ ਤਾਂ ਹੀ ਖੁਸ਼ ਹੈ, ਸਿਪਾਹੀ ਨੇ ਹੈਰਾਨੀ ਨਾਲ ਪੁੱਛਿਆ। ਹਾਂ ਮੈਂ ਵੀ ਬੜਾ ਖੁਸ਼ ਹਾਂ, ਹਰ ਰੋਜ਼ ਭੇਡਾਂ ਚਰਾਉਂਦਾ, ਕੁਦਰਤ ਦੇ ਨਜ਼ਾਰੇ ਦੇਖਦਾ ਤੇ ਬੰਸਰੀ ਵਜਾਉਂਦਾ ਤੇ ਉਸ ਤੇ ਗੀਤ ਗਾਉਂਦਾ ਹਾਂ, ਮੁੰਡੇ ਨੇ ਦਿਲ ਦੀ ਗੱਲ ਕਹੀ। ਰਾਜੇ ਦੇ ਸਿਪਾਹੀ ਨਿਰਾਸ਼ ਮੁੜ ਗਏ ਅਤੇ ਸਾਰੀ ਗੱਲ ਜਾ ਕੇ ਰਾਜੇ ਨੂੰ ਦੱਸੀ। ਸੁਣ ਕੇ ਰਾਜਾ ਸੋਚਣ ਲੱਗਾ ਕਿ ਜਿਸ ਕੋਲ ਕੋਈ ਕਮੀਜ਼ ਵੀ ਨਹੀਂ ਉਹ ਖੁਸ਼ ਰਹਿ ਸਕਦਾ ਹੈ ਤੇ ਭਲਾ ਮੈਂ ਕਿਉਂ ਉਦਾਸ ਹਾਂ, ਮੈਨੂੰ ਤਾਂ ਪਰਮਾਤਮਾ ਨੇ ਇੰਨੀਆਂ ਦਾਤਾਂ ਦਿੱਤੀਆਂ ਹਨ। ਉਸਨੇ ਰੱਬ ਦਾ ਸ਼ੁਕਰਾਨਾ ਕੀਤਾ ਅਤੇ ਆਪੇ ਮਨ ਨੂੰ ਤਕੜਾ ਕਰਕੇ ਆਪ ਹੀ ਆਪਣੀ ਬਿਮਾਰੀ ਡਿਪਰੈਸ਼ਨ ਵਿੱਚੋਂ ਨਿਕਲਣ ਦੀ ਕੋਸ਼ਿਸ਼ ਕਰਨ ਲੱਗਾ। ਕੁਝ ਹੀ ਦਿਨਾਂ ਵਿੱਚ ਉਹ ਪੂਰੀ ਤਰ੍ਹਾਂ ਤੰਦਰੁਸਤ ਹੋ ਗਿਆ। ਸਿੱਖਿਆ।
इस कहानी तो सानू ए सिख्या मिलदी है कि सुख तन पदार्था या अमीरी विच नहीं सगो ए ता सबर संतोख मन दी संतुष्टि कुदरत नू प्यार करन अते रब दे शुकराने विच है।